ਚੰਡੀਗੜ੍ਹ ਦੇ ਪੀਜੀਆਈ ਓਪਰੇਸ਼ਨ ਥੀਏਟਰ ਨੂੰ ਅਚਾਨਕ ਅੱਗ ਲੱਗੀ ਹੈ। ਇਸ ਮੌਕੇ ਓਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ਾਂ ਦਾ ਓਪਰੇਸ਼ਨ ਚੱਲ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਆਨੰਦ ਫਾਨੰਦ ਦੇ ਵਿੱਚ ਮਰੀਜ਼ਾਂ ਨੂੰ ਦੂਜੇ ਓਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ। ਮੌਕੇ ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਰਾਹਤ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਕੋਰਡੀਓ ਦਾ ਓਪਰੇਸ਼ਨ ਥੀਏਟਰ ਹੈ ਜਿੱਥੇ ਇਹ ਅੱਗ ਲੱਗੀ ਹੈ ਤੇ ਕਈ ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਸਨ ਤੇ ਕਿਸੇ ਵਾਇਰਿੰਗ 'ਚ ਅਚਾਨਕ ਅੱਗ ਲੱਗੀ, ਜਿਸ ਤੋਂ ਬਾਅਦ ਧਮਾਕਾ ਵੀ ਹੋਇਆ ਅਤੇ ਉਸ ਸਮੇਂ ਡਾਕਟਰ ਅਤੇ ਮਰੀਜ਼ ਉੱਥੇ ਮੌਜੂਦ ਸਨ ਅਤੇ ਥੀਏਟਰ 'ਚ ਓਪਰੇਸ਼ਨ ਚੱਲ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਮੇਂ-ਸਮੇਂ 'ਤੇ ਕੋਈ ਚੈਕਿੰਗ ਇੱਥੇ ਨਹੀਂ ਕੀਤੀ ਜਾਂਦੀ, ਕਿਉਂਕਿ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ PGI ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫਿਰ PGI ਦੇ ਓਪਰੇਸ਼ਨ ਥੀਏਟਰ ਨੂੰ ਅੱਗ ਲੱਗੀ ਹੈ। ਚੰਡੀਗੜ੍ਹ ਦੇ PGI ਓਪਰੇਸ਼ਨ ਥੀਏਟਰ ਨੂੰ ਅਚਾਨਕ ਅੱਗ ਲੱਗੀ ਹੈ। ਇਸ ਮੌਕੇ ਓਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ਾਂ ਦਾ ਓਪਰੇਸ਼ਨ ਚੱਲ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਆਨੰਦ ਫਾਨੰਦ ਦੇ ਵਿੱਚ ਮਰੀਜ਼ਾਂ ਨੂੰ ਦੂਜੇ ਓਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ। ਮੌਕੇ ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਰਾਹਤ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਕੋਰਡੀਓ ਦਾ ਓਪਰੇਸ਼ਨ ਥੀਏਟਰ ਹੈ ਜਿੱਥੇ ਇਹ ਅੱਗ ਲੱਗੀ ਹੈ ਤੇ ਕਈ ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਸਨ ਤੇ ਕਿਸੇ ਵਾਇਰਿੰਗ 'ਚ ਅਚਾਨਕ ਅੱਗ ਲੱਗੀ, ਜਿਸ ਤੋਂ ਬਾਅਦ ਧਮਾਕਾ ਵੀ ਹੋਇਆ ਅਤੇ ਉਸ ਸਮੇਂ ਡਾਕਟਰ ਅਤੇ ਮਰੀਜ਼ ਉੱਥੇ ਮੌਜੂਦ ਸਨ ਅਤੇ ਥੀਏਟਰ 'ਚ ਓਪਰੇਸ਼ਨ ਚੱਲ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਮੇਂ-ਸਮੇਂ 'ਤੇ ਕੋਈ ਚੈਕਿੰਗ ਇੱਥੇ ਨਹੀਂ ਕੀਤੀ ਜਾਂਦੀ, ਕਿਉਂਕਿ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ PGI ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫਿਰ PGI ਦੇ ਓਪਰੇਸ਼ਨ ਥੀਏਟਰ ਨੂੰ ਅੱਗ ਲੱਗੀ ਹੈ। ਚੰਡੀਗੜ੍ਹ ਦੇ PGI ਓਪਰੇਸ਼ਨ ਥੀਏਟਰ ਨੂੰ ਅਚਾਨਕ ਅੱਗ ਲੱਗੀ ਹੈ। ਇਸ ਮੌਕੇ ਓਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ਾਂ ਦਾ ਓਪਰੇਸ਼ਨ ਚੱਲ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਆਨੰਦ ਫਾਨੰਦ ਦੇ ਵਿੱਚ ਮਰੀਜ਼ਾਂ ਨੂੰ ਦੂਜੇ ਓਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ। ਮੌਕੇ ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਰਾਹਤ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਕੋਰਡੀਓ ਦਾ ਓਪਰੇਸ਼ਨ ਥੀਏਟਰ ਹੈ ਜਿੱਥੇ ਇਹ ਅੱਗ ਲੱਗੀ ਹੈ ਤੇ ਕਈ ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਸਨ ਤੇ ਕਿਸੇ ਵਾਇਰਿੰਗ 'ਚ ਅਚਾਨਕ ਅੱਗ ਲੱਗੀ, ਜਿਸ ਤੋਂ ਬਾਅਦ ਧਮਾਕਾ ਵੀ ਹੋਇਆ ਅਤੇ ਉਸ ਸਮੇਂ ਡਾਕਟਰ ਅਤੇ ਮਰੀਜ਼ ਉੱਥੇ ਮੌਜੂਦ ਸਨ ਅਤੇ ਥੀਏਟਰ 'ਚ ਓਪਰੇਸ਼ਨ ਚੱਲ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਮੇਂ-ਸਮੇਂ 'ਤੇ ਕੋਈ ਚੈਕਿੰਗ ਇੱਥੇ ਨਹੀਂ ਕੀਤੀ ਜਾਂਦੀ, ਕਿਉਂਕਿ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ PGI ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫਿਰ PGI ਦੇ ਓਪਰੇਸ਼ਨ ਥੀਏਟਰ ਨੂੰ ਅੱਗ ਲੱਗੀ ਹੈ। ਚੰਡੀਗੜ੍ਹ ਦੇ PGI ਓਪਰੇਸ਼ਨ ਥੀਏਟਰ ਨੂੰ ਅਚਾਨਕ ਅੱਗ ਲੱਗੀ ਹੈ। ਇਸ ਮੌਕੇ ਓਪਰੇਸ਼ਨ ਥੀਏਟਰ ਦੇ ਵਿੱਚ ਮਰੀਜ਼ਾਂ ਦਾ ਓਪਰੇਸ਼ਨ ਚੱਲ ਰਿਹਾ ਸੀ, ਜਿਸ ਤੋਂ ਬਾਅਦ ਡਾਕਟਰਾਂ ਨੇ ਆਨੰਦ ਫਾਨੰਦ ਦੇ ਵਿੱਚ ਮਰੀਜ਼ਾਂ ਨੂੰ ਦੂਜੇ ਓਪਰੇਸ਼ਨ ਥੀਏਟਰ ਦੇ ਵਿੱਚ ਸ਼ਿਫਟ ਕੀਤਾ। ਮੌਕੇ ਤੇ ਪੁਲਿਸ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ। ਰਾਹਤ ਦੀ ਗੱਲ ਇਹ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਜਾਣਕਾਰੀ ਅਨੁਸਾਰ ਕੋਰਡੀਓ ਦਾ ਓਪਰੇਸ਼ਨ ਥੀਏਟਰ ਹੈ ਜਿੱਥੇ ਇਹ ਅੱਗ ਲੱਗੀ ਹੈ ਤੇ ਕਈ ਵੱਡੀਆਂ ਵੱਡੀਆਂ ਮਸ਼ੀਨਾਂ ਇੱਥੇ ਲੱਗੀਆਂ ਹੋਈਆਂ ਸਨ ਤੇ ਕਿਸੇ ਵਾਇਰਿੰਗ 'ਚ ਅਚਾਨਕ ਅੱਗ ਲੱਗੀ, ਜਿਸ ਤੋਂ ਬਾਅਦ ਧਮਾਕਾ ਵੀ ਹੋਇਆ ਅਤੇ ਉਸ ਸਮੇਂ ਡਾਕਟਰ ਅਤੇ ਮਰੀਜ਼ ਉੱਥੇ ਮੌਜੂਦ ਸਨ ਅਤੇ ਥੀਏਟਰ 'ਚ ਓਪਰੇਸ਼ਨ ਚੱਲ ਰਿਹਾ ਸੀ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਸਮੇਂ-ਸਮੇਂ 'ਤੇ ਕੋਈ ਚੈਕਿੰਗ ਇੱਥੇ ਨਹੀਂ ਕੀਤੀ ਜਾਂਦੀ, ਕਿਉਂਕਿ ਅੱਗ ਲੱਗਣ ਦੀਆਂ ਘਟਨਾਵਾਂ ਅਕਸਰ ਹੀ PGI ਤੋਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਤੇ ਹੁਣ ਇੱਕ ਵਾਰ ਫਿਰ PGI ਦੇ ਓਪਰੇਸ਼ਨ ਥੀਏਟਰ ਨੂੰ ਅੱਗ ਲੱਗੀ ਹੈ।